ਤੇ ਇਸ ਵਕਤ ਅਸੀਂ ਖੜੇ ਹਾਂ ਜੀ ਬਠਿੰਡਾ ਦੇ ਬੱਸ ਸਟੈਂਡ ਕੋਲੇ, ਜਿੱਥੇ ਕਿ ਹੁਣੇ ਦੋ 10-15 ਮਿੰਟ ਪਹਿਲਾਂ ਜਿਹੜਾ ਇੱਕ ਲੇਡੀਜ਼ ਨੂੰ ਉਸਦੇ ਫਾਇਰ ਕੀਤੇ ਗਏ ਨੇ। ਇਸ ਥਾਂ 'ਤੇ ਇਸ ਦੇ ਨਾਲ ਹੀ ਚੌਂਕੀ ਬਿਲਕੁਲ ਚੌਂਕੀ ਦੇ ਨਾਲ ਹੀ ਜਿਹੜਾ ਫਾਇਰ ਕੀਤੇ ਗਏ ਨੇ। ਇਸ ਤਰੀਕੇ ਦੇ ਬਠਿੰਡੇ ਦੇ ਹਾਲਾਤ ਨੇ ਇਸ ਵਕਤ, ਬਠਿੰਡਾ ਦੇ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ। ਇੱਥੇ ਥੋੜ੍ਹੀ ਦੇਰ ਪਹਿਲਾਂ ਹੀ ਜਿਹੜਾ ਉਸ ਲੜਕੀ ਨੂੰ ਜਿਹੜਾ ਜ਼ਖਮੀ ਹੋਰ ਜਵਾਬ ਮਾਫ਼ ਕਰਨ ਜ਼ਖਮੀ ਲੜਕੀ ਨੂੰ ਇੱਥੇ ਹੁਣੀ ਅਰੈਸਟ ਕਰਕੇ ਲਿੱਤੇ ਗਏ ਗਏ ਦੇ ਜਿਹੜੇ ਹੈਗੇ ਆ ਲੋਕ ਇੱਥੋਂ ਦੇ ਗਵਾਹ ਨੇ, ਮੁਲਾਜ਼ਮ ਵੀ ਬਿਲਕੁਲ ਨਾਲ ਦੇਖ ਸਕਦੇ ਹੋ ਤੁਸੀਂ। ਇੱਥੇ ਆ ਪੁਲਿਸ ਦੀ ਚੌਂਕੀ ਆ, ਪੁਲਿਸ ਚੌਂਕੀ ਦੇ ਨਾਲ ਹੀ ਜਿਹੜਾ ਉਸ ਵਿਅਕਤੀ ਵੱਲੋਂ ਫਾਇਰ ਕੀਤੇ ਗਏ ਨੇ। ਇਹ ਬਠਿੰਡਾ ਦੇ ਹਾਲਾਤ ਨੇ, ਪੰਜਾਬ ਦੇ ਹਾਲਾਤ ਵੀ ਲਗਾਤਾਰ ਤੁਸੀਂ ਦੇਖ ਰਹੇ ਹੋ ਲਗਾਤਾਰ। ਇਹ ਤੁਸੀਂ ਦੇਖ ਸਕਦੇ ਪੁਲਿਸ ਮੁਲਾਜ਼ਮ ਇਸ ਵਕਤ ਆਏ ਹੋਏ ਨੇ। ਠੀਕ ਹੈ, ਮੁੰਡੇ ਟੁੱਟੀ ਵੀ। ਇਹ ਬਠਿੰਡਾ ਦੇ ਹਾਲਾਤ ਨੇ ਜੀ, ਦੇਖ ਸਕਦੇ ਹੋ ਪੁਲਿਸ ਦੇ ਚੌਂਕੀ ਦੇ ਬਿਲਕੁਲ ਨਾਲ ਇਹ ਹਾਲਾਤ ਨੇ ਬਠਿੰਡਾ ਪੰਜਾਬ ਦੇ ਇਸ ਵਕਤ ਨੇ। ਇੰਨਾ ਕੁ ਜਿਹੜੇ ਬੁਰੇ ਹਾਲਾਤ ਨੇ, ਜਿਹੜੇ ਜ਼ਖਮੀ ਲੜਕੀ ਇਸ ਵਕਤ ਉਸਨੂੰ